ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪਹਿਲੀ ਗੱਲ ਤਾਂ ਮੈਂ ਪੱਤਰਕਾਰ ਸਾਹਿਬ ਇੱਕ ਚੀ ਕਹੂੰਗਾ ਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਖਾਲਸਤਾਨੀ ਅੱਤਵਾਦੀ ਜਾਂ ਪਾਕਿਸਤਾਨ 'ਚ ਆਈਐਸ ਦੇ ਅੱਤਵਾਦੀ ਉਹਨਾਂ ਨੂੰ ਸਪਨਿਆਂ ਦੇ ਵਿੱਚ ਕੋਈ ਚਿਹਰਾ ਨਜ਼ਰ ਆਂਦਾ 24 ਘੰਟੇ ਅੰਮੀ ਤਰੋੜਾ ਠੀਕ ਹੈ ਜੀ ਪਿਛੇ ਦਿਨ ਪਿਛਲੇ ਦਿਨ ਉਹਨੇ ਦੇਖਿਆ ਕਿ ਅੰਮੀ ਤਰੋੜਾ ਦੀ ਇੱਕ ਵੀਡੀਓ ਵਾਇਲ ਕੀਤੀ ਚਿੱਟੇ ਦੇ ਨਾਲ ਕਿ ਅੰਮੀ ਤਰੋੜਾ ਫੜਿਆ ਗਿਆ ਚਿੱਟੇ ਦੇ ਨਾਲ ਮਤਲਬ ਉਸ ਗੱਲ ਦਾ ਤੁਸੀਂ ਦੇਖੋ ਕਿ ਮੇਰੇ ਦਿਲ 'ਚ ਕਿੰਨਾ ਦੁੱਖ ਲੱਗਾ ਹੋਊਗਾ ਤੁਸੀਂ ਅੱਜ ਮੈਨੂੰ ਸਵਾਲ ਪੁੱਛ ਲਿਆ ਕਿ ਅੰਮੀ ਤੋੜਾ ਇੱਕ ਤੇਰੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਅੰਮੀ ਤੋੜਾ ਇੱਕ ਹਿੰਦੂਵਾਦੀ ਲੀਡਰ ਹੈ ਜਿਹੜੇ ਵੀ ਲੋਕ ਵਿਦੇਸ਼ਾਂ 'ਚ ਬੈਠ ਕੇ ਜਾਂ ਕੁਝ ਵੀ ਸ਼ਰਾਰਤੀ ਅੰਸਰ ਜਿੱਥੇ ਹੀ ਬੈਠੇ ਨੇ ਇਹ ਜਿਹੜੇ ਵੀ ਮਾਹੌਲ ਖਰਾਬ ਕਰਨ ਦੀ ਗੱਲਾਂ ਕਰਦੇ ਪਏ ਨੇ ਜਾਣ ਜਾਣ ਕੇ ਮੇਰੀ ਵੀਡੀਓ ਬਾਰੇ ਇੱਕ ਵੀਡੀਓ ਕਹਿ ਕਹਿੰਦੇ ਨੇ ਅੰਮੀ ਤੋੜਾ ਦੀ ਵੀਡੀਓ ਵਾਇਰਲ ਹੋ ਰਹੀ ਅੰਮੀ ਤੋੜਾ ਦੀ ਵੀਡੀਓ ਵਾਇਰਲ ਹੋ ਰਹੀ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀ ਕੋਈ ਵੀਡੀਓ ਨਹੀਂ ਹੈਗੀ ਠੀਕ ਹੈ ਜੀ ਜਿਹੜ ਕੋਈ ਵੀ ਕੋਈ ਗਲਤ ਚੀਜ਼ ਪਾਊਗਾ ਉਹ ਬਖਸ਼ਿਆ ਨਹੀਂ ਜਾਊਗਾ ਮੇਰਾ ਸਾਫ਼ ਤੌਰ ਤੇ ਇਹਨਾਂ ਨੂੰ ਮੈਂ ਠੋਕ ਕੇ ਕਹਿਣਾ ਕਿ ਮੈਂ ਛੱਡੂਗਾ ਨਹੀਂ ਕਾਨੂੰਨੀ ਕਾਰਵਾਈ ਕਰਵਾਊਗਾ ਜਿਹੜਾ ਵੀ ਮੇਰਾ ਗਲਤ ਅਨਸਰ ਕੋਈ ਵੀ ਮੇਰੀ ਗਲਤ ਵੀਡੀਓ ਡਾਊਨਲੋਡ ਕਰਕੇ ਜਾਂ ਕੁਝ ਵੀ ਪਾਊਗਾ ਜਦਕਿ ਮੇਰੀ ਵੀਡੀਓ ਹੈ ਨਹੀਂ ਕੋਈ ਵੀ ਸ਼ਰਾਰਤੀ ਅਨਸਰ ਪਾਊਗਾ ਮੈਂ ਮੁਕਦਮਾ ਦਰਜ ਕਰਵਾ ਕੇ ਰਹਿਊਗਾ ਤੇ ਇਹਦੀ ਤੁਸੀਂ ਕੰਪਲੀਟ ਦਰਜ ਕਰਵਾਈ ਹੈ ਫਿਲਹਾਲ ਕੱਲ ਮੈਂ ਸਾਰਨਾ ਪਹਿਲਾਂ ਮੈਨੂੰ ਕੱਲ ਤੋਂ 2-3 ਬੰਦੇ ਦੇ ਫੋਨ ਆਏ ਅੱਜ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਆ ਜਿੱਦਾਂ ਦੱਸਾ ਕਰੋੜਾ ਹੀ ਤੁਹਾਡੀ ਇੱਕ ਵੀਡੀਓ ਬਣ ਲੋਰੀ ਮੈਂ ਕਹਾ ਮੇਰੀ ਕੋਈ ਵੀਡੀਓ ਨਹੀਂ ਹੈਗੀ ਇਹੀ ਪੱਤਰਕਾਰ ਭਾਈ ਚੜਦੇ ਕਿੰਨੇ ਲੋਕ ਪੁੱਛ ਰਹੇ ਆ ਮੈਂ ਕਹਾ ਮੇਰੀ ਵੀਡੀਓ ਕੋਈ ਨਹੀਂ ਹੈਗੀ ਤੁਸੀਂ ਇਹ ਸਵਾਲ ਮੈਨੂੰ ਇਸ ਬਾਰੇ ਨਾ ਕਰੋ ਠੀਕ ਹੈ ਪਹਿਲੀ ਗੱਲ ਆ ਤੁਹਾਡਾ ਸਵਾਲ ਕਰਨਾ ਨਹੀਂ ਬੰਦਾ ਇਸ ਚੀਜ਼ ਤੇ ਜੇ ਤੁਸੀਂ ਸਵਾਲ ਕਰਨ ਆਏ ਹੋ ਸਪਸ਼ਟੀ ਕਰ ਮੇਰਾ ਸੁਣ ਲੋ ਕਿ ਮੇਰੀ ਵੀਡੀਓ ਨਹੀਂ ਹੈਗੀ ਮੈਂ ਆਪਣੀ ਪਿਛਲੀ ਕੰਪਲੇਂਟ ਵੀ ਡੇਢ ਮਹੀਨਾ ਪਹਿਲਾਂ ਦਿੱਤੀ ਹੋਈ ਹੈ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਵੀ ਮੈਂ ਜਾ ਕੇ ਕੰਪਲੇਂਟ ਦੇ ਕੇ ਕੱਲ ਜ਼ਰੂਰ ਆਉਂਗਾ ਕਿ ਮਾਨਯੋਗ ਸੀਪੀ ਸਾਹਿਬ ਨੂੰ ਕਹੂੰਗਾ ਕਿ ਜਿਹੜੇ ਵੀ ਸ਼ਰਾਰਤੀ ਆਂਸਰ ਨੇ जानके मेरा नाम अटैच कर रहे ने मेरी छवि खराब कर रहे ने उनाते मुकदमा दर्ज ਕੀਤਾ ਜਾਵੇ ਮੈਂ ਚੁੱਪ ਨਹੀਂ ਰਹੂੰਗਾ ਮੈਂ ਸਾਫ਼ ਤੌਰ ਤੇ ਕਹਿੰਦਾ ਮੈਂ ਬਿਲਕੁਲ ਚੁੱਪ ਨਹੀਂ ਰਹੂੰਗਾ ਕਿਉਂਕਿ ਕੁਛ ਨਾਰਤੀਆਂ ਸਰ ਜਾਣ ਕੇ ਚਾਹਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਹਿਲੀ ਗੱਲ ਮੈਂ ਇਹ ਕਿ ਇਨਚਾਨਾ ਵਾਖੀ ਪੁਲਿਸ ਕਾਰਵਾਈ ਕਰਦੀ ਕਿਉਂ ਨਹੀਂ ਹੈਗੀ ਮੇਰਾ ਇੱਕ ਜਾਣਿਆ ਪਛਾਣਿਆ ਚਿਹਰਾ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਦੇਖੋ ਕਿ ਮੈਂ ਪੰਜਾਬ ਵਾਰਤਕ ਜਾਣ ਆਜਰ ਚਿਹਰਾ ਹੋਵੇ ਔਰ ਮੈਨੂੰ ਸਪਸ਼ਟੀਕਰਨ ਦੇਣਾ ਪੈਂਦਾ ਪਿਆ ਹੋਵੇ ਪੁਲਿਸ ਕਾਰਵਾਈ ਨਹੀਂ ਕਰਦੀ ਵੀ ਮੈਂ ਕਿੰਨੇ ਲਿੰਕ ਭੇਜਤੇ ਹਜੇ ਤੱਕ ਤੁਸੀਂ ਦੇਖੋ ਕਿ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ ਕਿਉਂ ਨਹੀਂ ਬੋਲੂਗਾ ਜੀ ਮੈਂ ਕਿਉਂ ਨਹੀਂ ਇਸ ਲਈ ਮੈਂ ਕਾਰਵਾਈ ਲਈ ਮੈਨੂੰ ਇੱਕੋ ਹੀ ਪਤਾ ਹੈ ਕਿ ਮੈਨੂੰ ਧਰਨਾ ਲਾਣਾ ਪਊਗਾ ਔਰ ਅੰਮ੍ਰਿਤ ਰੋੜਾ ਧਰਨੇ ਤੇ ਬੈਠੂਗਾ ਚੁੱਪ ਨਹੀਂ ਰੂਗਾ ਜਿਹੜਾ ਵੀ ਮੇਰੇ ਗਲਤ ਅਨਸਰ ਕੋਈ ਮੇਰੀ ਵੀਡੀਓ ਗਲਤ ਅਪਲੋਡ ਕਰੇਗਾ ਜੋ ਕੁਝ ਵੀ ਹੈ ਮੈਂ ਕਹਣਾ ਕਿ ਕੁਝ ਵੀ ਮੇਰੇ ਨਾਮ ਦੀ ਛਵੀ ਖਰਾਬ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਕੁਛ ਜੇ ਆਗੇ ਮੈਂ ਪਹਿਲਾਂ ਵੀ ਬੜੇ ਲਿੰਕ ਭੇਜੇ ਨੇ ਸਾਨੂੰ ਇਨਸਾਫ ਨਹੀਂ ਮਿਲਿਆ ਲੱਗਦਾ ਵੀ ਇੱਕ ਵੀਡੀਓ ਹੋਰ ਬੈਲੂਈ ਹੋਣੀ ਇਨਸਾਫ ਮਿਲੇ ਮੈਂ ਕੀ ਕਹਿ ਰਿਹਾ ਹਾਂ ਇਹ ਸਾਰਨਾ ਵੱਡੀ ਗੱਲ ਮੈਂ ਇਹ ਦੱਸਦਾ ਪਿਆਵਾ ਇਨਸਾਫ ਲਈ ਮੈਨੂੰ ਸਿਰਫ ਧਰਨਾ ਲਾਣਾ ਪਊਗਾ ਹਿੰਦੂਵਾਦੀਆਂ ਨੂੰ ਪੰਜਾਬ ਦੇ ਵਿੱਚ ਸਿਰਫ ਧਰਨਾ ਹੀ ਲਾਣਾ ਪੈਂਦਾ ਕਿਉਂਕਿ ਸਾਡਾ ਕੰਮ ਬਿਲਕੁਲ ਸਰਕਾਰ ਨਹੀਂ ਕਰਦੀ ਮੈਂ ਸਾਫ਼ ਕਹਿਣਾ ਵਾਂ ਕਿ ਪੰਜਾਬ 'ਚ ਅਸੀਂ ਸਿਰਫ ਵੋਟਾਂ ਪਾਣ ਜੋਗੇ ਆ ਸਾਡਾ ਕੰਮ ਕਿਉਂ ਨਹੀਂ ਕੀਤਾ ਜਾਂਦਾ ਦੁੱਖ ਲੱਗਦਾ ਇਸ ਗੱਲ ਦਾ ਕਿਉਂਕਿ ਮੈਂ ਹਿੰਦੂਵਾਦ ਲੀਡਰ ਅੱਜ ਮੇਰੀ ਛਵੀ ਖਰਾਬ ਕਿੱਦਾਂ ਕੀਤੀ ਜਾ ਰਹੀ ਹੈ ਮੈਨੂੰ ਦ ਮੈਨੂੰ ਪਤਾ ਹੈ ਮੈਨੂੰ ਹੱਕ ਕਿੱਦਾਂ ਮਿਲਣਾ ਹੈ ਸਿਰਫ ਤਰਨਾ ਲਾ ਕੇ ਤਰਨਾ ਲਾ ਕੇ ਮੈਨੂੰ ਹੱਕ ਮਿਲਣਾ ਉਸੇ ਦਿਨ ਪਰਚਾ ਦਰਜ ਹੋਊਗਾ ਕਿਉਂਕਿ ਮੈਂ ਤਾਂ ਤੁਹਾਨੂੰ ਵੀ ਤੁਹਾਡੇ ਸਾਹਮਣੇ ਪੁੱਛ ਚੁੱਕਾ ਵਾਂ ਕਿ ਲਿੰਕ ਵੀ ਭੇਜ ਤੇ ਸਾਈਨ ਕਰਕੇ ਭੇਜ ਤੇ ਫੋਟੋਸਟੇਟਾ ਵੀ ਭੇਜਤੀਆਂ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੁਣ ਤੁਸੀਂ ਨਵੀਂ ਵੀਡੀਓ ਦੀ ਗੱਲ ਕਰਦੀ ਕੱਲ ਮੈਂ ਦੀ ਕੰਪਲੇਂਟ ਦੇ ਕੇ ਆਉਂਗਾ ਜਦ ਕਿ ਉਹ ਮੇਰੀ ਵੀਡੀਓ ਨਹੀਂ ਹੈਗੀ ਐਵੇਂ ਜਾਣ ਕੇ ਕੁਝ ਲੋਕ ਮੇਰੀ ਛਵੀ ਖਰਾਬ ਕਰ ਰਹੇ ਆਂ ਔਰ ਜਿਹੜਾ ਵੀ ਮੇਰੀ ਛਵੀ ਖਰਾਬ ਕਰੂਗਾ ਬਿਲਕੁਲ ਬਖਸ਼ਿਆ ਨਹੀਂ ਜਾਊਗਾ